ਦੋਸਤੋ ਮੈਂ ਹਾਂ ਜਗਦੇਵ ਬਰਾੜ, ਇੱਕ ਹੋਰ ਪੁਰਾਣਾ ਮੈਚ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੋਸਤੋ ਇਹ ਮੈਚ ਢੁੱਡੀ ਕੇ ਜ਼ਿਲ੍ਹਾ ਮੋਗਾ ਦੀ ਧਰਤੀ 'ਤੇ ਹੋਇਆ ਸੀ, ਸ਼ਾਇਦ ਇਹ 46ਵਾਂ ਕਬੱਡੀ ਕੱਪ ਸੀ ਢੁੱਡੀਆਂ ਦੀ ਧਰਤੀ 'ਤੇ। ਇਸ ਮੈਚ ਵਿੱਚ ਹਰਜੀਤ ਤਲਵਾਰ ਕਲੱਬ ਮੋਗਾ ਅਤੇ ਬਿਜਲੀ ਬੋਰਡ ਦੀਆਂ ਟੀਮਾਂ ਦੀ ਟੱਕਰ ਹੋਈ ਆ। ਬਿਜਲੀ ਬੋਰਡ ਵੱਲੋਂ ਭਿੰਦਰ ਨਵਾਂ ਪਿੰਡੀਆ, ਭੀਮਾ ਜਗਤਾਰ ਧਨੌਲਾ, ਫੌਜੀ ਕੌਲਡੀ ਛਾਪਾ, ਮਲਕੀਤ ਅੰਗਰੇਜ਼, ਬਿੱਟੂ ਜਸਪਾਲ ਬਾਂਗਰਾ, ਸਵਰਨਾ UK ਅਤੇ ਹਰਜੀਤ ਤਲਵਾਰ ਕਲੱਬ ਵੱਲੋਂ ਗੁੱਕ ਸ਼ੇਰਪੁਰੀਆ, ਸਵਰਨਾ ਵੈਲੀ, ਗੱਗੀ ਲੋਪੋ, ਧਰਮਾ ਇੰਦਗੜੀਆ, ਅਜਮੇਰ ਜਲਾਲ, ਗੁਲਜ਼ਾਰ ਸਦਮਾ, ਕਾਕਾ ਚੱਕਰ, ਗੋਰਾ ਬੋਦਲ ਵਾਲਾ ਖਿਡਾਰੀ ਖੇਡ ਰਹੇ ਹਨ। ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਅਤੇ ਦਰਸ਼ਨ ਸਿੰਘ ਬੜੀ ਇਸ ਮੈਚ ਦੀ ਕਮੈਂਟਰੀ ਕਰਦੇ ਨਜ਼ਰੀ ਆ ਰਹੇ ਹਨ। ਉਹਨਾਂ ਦੇ ਮਿੱਠੇ ਅਤੇ ਜਸ਼ੀਲੇ ਬੋਲ ਇਸ ਮੈਚ ਨੂੰ ਹੋਰ ਵੀ ਜਸ਼ੀਲਾ ਬਣਾਉਂਦੇ ਹਨ। ਸੋ ਦੇਖੋ ਇਹ ਮੈਚ ਦੱਸਣਾ ਕਿੱਦਾਂ ਦਾ ਲੱਗਿਆ। ਇਸ ਇਲਾਕੇ ਦਾ ਮੈਂ ਪਿਛਲੀ ਆਸਰ ਕਰ ਰਹੇ ਇਹਨਾਂ ਦੀ ਖੇਡ ਦਾ ਅਤੇ ਬਹੁਤ ਹੀ ਇਲਾਕੇ ਦੇ ਨਾਮੀ ਖਿਡਾਰੀ ਔਰ ਜੋ ਕਿ ਹਰਜੀਤ ਤਲਵਾਰ ਕਲੱਬ ਮੋਗਾ ਦੇ ਮੰਨੇ ਹੋਏ ਔਰ ਮੈਨੂੰ ਹੁਣੇ ਪਤਾ ਲੱਗਿਆ ਵੀ ਕਈਆਂ ਨੇ ਮੋਢਿਆਂ ਦੇ ਉੱਤੇ ਗੱਬਰ ਸ਼ੇਰ ਉੱਪਰ ਆਇਆ ਹੈਗਾ ਇੰਗਲੈਂਡ ਦੇ ਵਿੱਚ 70 ਪਾਉਂਡ ਦਾ ਲੋਣ ਵਾਲਾ ਭੀਮਾ 16 ਕੁਇੰਟਲ ਭਾਰ 6 ਫੁੱਟ ਦੇ ਨੇੜੇ ਕੱਦ ਪਹਿਲਾ ਪੁਆਇੰਟ ਬਿਜਲੀ ਬੋਰਡ ਦਾ ਮਾਰਿਆ ਝਟਕਾ ਬਿਜਲੀ ਬੋਰਡ ਵਾਲੇ ਭੀਮੇ ਨੇ ਲਾਲ ਕਿਸੇ ਨੂੰ ਲਾਲ ਕਿਸੇ ਵਾਲਾ ਜੁੜ ਗਿਆ ਸੀ ਪੁਆਇੰਟ ਬਹੁਤ ਹੀ ਆਰਾਮ ਦੇ ਨਾਲ ਕਬੱਡੀ ਕੱਚਾ ਹੋਇਆ ਸਰੀਰ ਜਵਾਨ ਦਾ ਖਿਲਾੜੀਆਂ ਬਾਹਰ ਜੀਤ ਬਾਜੇ ਖਾਣੀਆਂ ਨੂੰ ਪਹਿਲਾਂ ਪਤਾ ਹੈਲੋ
ਕਿ 10 ਸਾਲ ਗੋਰਿਆਂ ਨੇ ਵੀਜ਼ਾ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ
ਕਿ ਇਹੋ ਜਿਹੇ ਖਿਡਾਰੀ ਨੇ ਤਾਂ ਵਾਕਿਆ ਹੀ ਖੇਡਣ ਆਉਂਦੇ ਨੇ। ਔਰ ਮੈਂ ਤਾਂ ਪਹਿਲਾਂ ਵੀ ਕਿਹਾ ਸੀ, ਹੋ ਜੋ ਕਿ ਸਰਕਾਰੀ ਤਰੀਕਾਂ ਪੈਣਗੀਆਂ, ਸਾਰੇ ਚਿੰਬੜ ਨੂੰ ਫਿਰਦੇ ਨੇ ਤੇ ਬੋਦਲ ਵਾਲਾ ਗੋਰਾ ਬੋਦਲ ਵਾਲਾ ਪਿੰਡ ਬੋਤਲਾਂ ਵਰਗੇ ਪੱਟ ਚੁੱਪ ਚੁੱਬਰ ਦੇ 7 ਫੁੱਟ ਦੇ ਲਾਗੇ ਚਾਗੇ ਸਰੀਰ ਤੇ ਦੇਖੀ ਜਾਂਦਾ ਚਿੰਬੜ ਗਿਆ ਬਈ ਮਿੱਤਰੋ ਫੌਜੀ ਚਿੰਬੜ ਗਿਆ ਬੋਦਲ ਵਾਲਾ ਫੌਜੀ ਦੇਖੀ ਜਾਂਦੇ ਕੀ ਬਣਦਾ ਬੱਚੀ ਦਾ ਹੋ ਆ ਲੈਂਦਾ ਬਈ ਹਟਕੇ ਜਾਣਾ ਬਈ ਨਹੀਂ ਰੀਸਾਂ ਵੀ ਤੇਰੀਆਂ ਤੇ ਮਾਂ ਦੇ ਸਦਕਰੇ ਔਰ ਦੇ ਸਦਕੇ ਜਾਣਾ ਜਿਹਨਾਂ ਨੇ ਆ ਜਿਹੜਾ ਪੁਆਇੰਟ ਆ ਇਹ 1 ਲੱਖ ਰੁਪਏ ਦਾ ਸੀਗਾ, ਪਤਾ ਨੀ ਅਜੇ ਤੱਕ ਇਨਾਮ ਨੂੰ ਨੀ ਕੋਈ ਦੇਣ ਲੱਗਿਆ। ਆ ਜਿਹੜਾ ਪਹਿਲਾ ਪੁਆਇੰਟ ਸੀ, ਆਪਾਂ ਅਕਸਰ ਕਹਿੰਦੇ ਹਾਂ ਵੀ ਕਬੱਡੀ ਦੇਖੀ ਸਵਾਦ ਆ ਗਿਆ, ਉੱਥੇ ਕਿ ਕਬੱਡੀ ਲੱਖ ਲੱਖ ਦੀ ਪਈ। ਪਹਿਲਾਂ ਮੈਂ ਵੀ ਸਮਝ ਆ ਰਹੀ ਆ ਗਈ ਗੁਲਾਰੀ ਜਵਾਬ ਦੇ ਲੱਤ ਮੁੱਖ ਤੋਂ ਪੁਆਇੰਟ ਲੈ ਗਿਆ ਅੰਗਰੇਜ਼ ਮਲਜੀਤ। ਵੈਨਕੂਵਰ ਦੇ ਪੀਸੀ ਪਲੇਸ ਦੇ ਕਬੱਡੀ ਪੈਣ ਲੱਗੀ ਪਾਕਿਸਤਾਨ ਦੀ ਤੇ ਇੰਡੀਆ ਦੀ। ਇੱਕ ਬੰਦਾ ਆਇਆ ਪਾਕਿਸਤਾਨ ਦਾ, ਮੈਨੂੰ ਅੱਜ ਕਹਿਣ ਲੱਗਾ ਸਰਦਾਰ ਸਾਹਿਬ ਤੁਸੀਂ ਅਨਾਊਂਸ ਕਰ ਦਿਓ ਕਿ ਜੇ ਕੋਈ ਇੰਡੀਆ ਦੇ ਲਾਵੀ ਨਿਕਲ ਜਾਣਾ ਇਹ ਸਵਰਨੇ ਦਾ ਗੁੱਟ। ਹਾਂ ਉਹ ਕਹਿੰਦਾ ਅਨਾਊਂਸ ਕਰ ਦਿਓ ਭਾਈ ਜੇ ਕੋਈ ਇੰਡੀਆ ਦੇ ਫਿੱਡੋ ਨੂੰ ਜਾਂ ਹਰਜੀਤ ਨੂੰ ਪਾਕਿਸਤਾਨੀ ਡੱਕ ਗਿਆ ਤੇ 1 ਲੱਖ ਰੁਪਇਆ ਪਾਕਿਸਤਾਨੀ ਕਰੰਸੀ ਚ ਉਹਨੂੰ ਇਨਾਮ ਦਿੱਤਾ ਜਾਊਗਾ। ਉਹਨੇ ਕਿਹਾ ਉਹ ਮੈਂ ਕਿਹਾ ਅਸੀਂ ਤਾਂ ਉਂਝ ਗੱਲਾਂ ਕਰਦੇ ਹੁੰਦੇ ਸੀਗੇ ਵੀ ਫਲਾਨੀ ਦੀ ਕਬੱਡੀ 1 ਲੱਖ ਦੀ ਆ, ਉਹਦਾ 25 ਲੱਖ ਰੁਪਇਆ ਲੱਗ ਗਿਆ ਔਰ ਉਹ 1 ਲੱਖ ਰੁਪਇਆ ਕੋਈ ਪਾਕਿਸਤਾਨੀ ਜਾਫੀ ਨਹੀਂ ਚੁੱਕ ਸਕਿਆ। ਆਪਣਾ ਹੁਣ ਚੱਕਰ ਚੁੱਲਦਾ ਫਿਰ ਹਾਂ ਪੈਗੀ ਸਾਢੂ ਵਾਲੀਆਂ ਜੱਫੀਆਂ ਬਾਤ ਤੇਰੇ ਨਹੀਂ ਰੇਸਾ ਦਰਕਦਾ ਹੁਣ ਕਿੱਥੇ ਆਉਣਾ ਹੱਥੇ ਨੇ ਹੁਣ ਨੀ ਆਉਣਾ ਹੁਣ ਵੈਸੇ ਤਾਂ ਅਸੀਂ ਬਹੁਤ ਕੁਛ ਸਿੱਖ ਰਹੇ ਹਾਂ ਮਿੱਤਰੋ, ਮੈਨੂੰ ਪਤਾ ਲੱਗਿਆ ਜਿਵੇਂ ਨਰਪੈ ਜਿਹਨੂੰ ਸ਼ਾਹ ਕਹਿੰਦੇ ਸੀ, ਨਰਪੈ ਸਿੰਘ ਰਮੀਤੀ ਵਾਲਾ ਜ਼ਿਲ੍ਹਾ ਕਪੂਰਥਲਾ ਉੱਡਮੀ ਕੈਂਚੀ ਦਾ ਕਾਢੂ ਮੰਨਿਆ ਜਾਂਦਾ, ਇਵੇਂ ਇਵੇਂ ਬਾਬੂ ਹਰਬੰਸ ਲਾਲ ਹੋਇਆ ਦੋਸਤੇ ਨੂੰ ਘੁੱਗਾ ਕਹਿੰਦੇ ਸੀ ਔਰ ਚਿੰਬੜ ਗਿਆ ਜਸਪਾਲ ਬਾਂਗਰ ਵਾਲੇ ਬਿੱਟੂ ਨੂੰ ਗੁਲਜ਼ਾਰ ਤੇ ਪੁਆਇੰਟ ਗੁਲਜ਼ਾਰ ਦਾ। ਹਰਬੰਸ ਲਾਲ ਦੀ ਗੱਲ ਕਰਦਾ ਸੀ ਦੋਸਤੇ ਨੂੰ ਘੁੱਗਾ ਕਹਿੰਦੇ ਸੀ, ਖਿਡਾਰੀ ਵਰਗ ਚ ਡੇਂਜਰ ਜਾਂ ਖਤਰਾ ਤਕੜਾ ਧਾਵੀ ਸੀ, ਰੋਜ਼ 12 ਮੀਲ ਦੌੜਦਾ ਸੀ ਕਪੂਰ ਥਲੇ ਕਹਿੰਦੇ ਇੱਕ ਹਾਥੀ ਨੂੰ ਟੱਪ ਗਿਆ ਤੇ ਰਾਜੇ ਨੇ ਉਸ ਭਲੇ ਮੇਰੇ ਨੂੰ ਇੱਕ 75 ਰੁਪਇਆ ਤੇ ਬਿਸਤਰ ਬੰਨ ਨਾਮ ਚ ਦਿੱਤਾ ਸੀ ਤੇ ਆਹ ਪਾਉਂਦਾ ਕਬੱਡੀ ਚੂੜ ਚੱਕਦਾ ਸਵਰਨਾ ਚ ਮਰ ਗਿਆ ਜਿਸਤਾਰ ਧਮਾਲਾ ਦੇਖੀ ਜਾਂਦੀ ਹੈ ਕੀ ਕਰਦਾ ਸਦਕੇ ਜਾਂਦਾ ਬਈ ਨਹੀਂ ਬਈ ਜਿਸਤਾਰ ਅੱਜ ਜਿਸਤਾਰ ਪੰਜਾਬ ਨੂੰ 100 ਰੁਪਇਆ ਪ੍ਰਦੇਸ਼ ਨੂੰ ਸਰਪੰਚ ਵੀ ਜੇ ਬਣੋ ਲਓ ਜੀ ਅਸਰ ਤਾਂ ਹੋਇਆ ਆਪਣਾ ਪ੍ਰਿੰਸੀਪਲ ਸਾਹਿਬ ਆ ਗਿਆ ਵੀ ਬੋਲਣਾ ਤੇ ਮੈਂ ਇਹਨੂੰ ਮੁੱਲਾਪੁਰ ਦਾਖੇ 10ਵੀਂ ਪੜ੍ਹਦੇ ਨੂੰ ਦੇਖਿਆ ਸੀ ਖੇਡਦੇ, ਮੈਂ ਕਿਹਾ ਸੀ ਇਹ ਚੋਬਰ ਸਰੀਰ ਸੰਭਾਲੇਗਾ ਤਾਂ ਬਾਹਰਲੇ ਮੁਲਕ ਖੇਡੇਗਾ, ਸਵਰਨੇ ਦਾ ਪੈਸਾ ਪੈ ਗਿਆ ਇੱਕੋ ਜਿਹੜੇ ਸਵਰਨੇ ਨੂੰ ਲਗਾਤਾਰ 23 ਸਾਲ ਖੇਡਦੇ ਨੇ ਹੋ ਗਏ ਮਿੱਤਰ ਤੋਂ ਪੁਰਾਣਾ ਇਹ ਜਾਫੀ ਹੈ ਤੇ 46ਵਾਂ ਖੇਡ ਮੇਲਾ ਚੱਲ ਰਿਹਾ ਹੈ ਤੇ 23 ਸਾਲ ਸਵਰਨ ਨੂੰ ਖੇਡਦੇ ਨੇ ਹੋ ਗਏ ਤੇ ਸਦਕੇ ਜਾਵਾਂ ਸਵਰਨ ਜੀ ਨੇ ਸਰੀਰ ਨੂੰ ਹੁਣ ਤੱਕ ਵੀ ਸਾਧ ਕੇ ਰੱਖਿਆ ਤੇ ਔਰ ਇਕਾਦਰਤਾ ਤੇ ਮਿੱਤਰੋ ਦੇਖੋ ਅੰਗਰੇਜ਼ ਜਿਹਨੂੰ ਕਹਿੰਦੇ ਅਸੀਂ ਮਲਕੀਤ ਅੜੈਸਿਆਂ ਵਾਲਾ ਕਲੱਬ ਸ਼ਾਮਲ ਹੈ ਤੇ ਕੱਲ ਨੂੰ ਆਊਗਾ ਤੁਸੀਂ ਦੇਖੋ ਗੱਲਾਂ ਹੋਣੀਆਂ ਆਉਂਦੀਆਂ ਵੀ ਐਸਿਆਂ ਰਾਜੀ ਰਾਜੀ ਬਣਦਾ ਔਰ ਮਲਕੀਤ ਦਾ ਛੋਟਾ ਭਰਾ ਹੈ, ਕਦੇ ਕਦੇ ਦੋਨਾਂ ਭਾਈਆਂ ਦੀ ਟੱਕਰ ਵੀ ਹੋ ਜਾਂਦੀ ਆ ਵਿਰੋਧੀ ਵਿਰੋਧੀ ਹੋ ਕੇ ਪ੍ਰਧਾਨ ਮੇਲਾ ਕਮੇਟੀ ਵੱਲੋਂ ਸਿੰਦਰ ਨੂੰ 100 ਰੁਪਏ ਦਾ ਨਾਮ
ਬਹੁਤ ਹੀ ਸਾਫੀ ਜਸਪਾਲ ਬਿੱਟੂ ਜਸਪਾਲ ਬਾਂਗਰਾ ਬਿੱਟੂ ਲੈ ਗਿਆ ਬਈ ਸਾਡੇ ਪੰਛੀਆਂ ਨੇ ਜੋ ਕਿ ਹੁਟੂ ਕਿਹਾ ਜਾਂਦਾ ਇਹ ਸੱਚੀ ਗੱਲ ਪੁੱਛੋ ਬੰਗਾਲ ਚ ਇਹਨੂੰ ਡੋ ਕਿਹਾ ਜਾਂਦਾ ਦੱਖਣ ਵਾਲੇ ਚ ਇਹਨੂੰ ਕੁੱਟੋ ਕਹਿੰਦੇ ਨੇ ਇਹ ਕਬੱਡੀ ਦੀਆਂ ਵੰਨਗੀਆਂ ਮੈਂ ਤੁਹਾਨੂੰ ਦੱਸਾਂਗਾ ਹੱਥ ਤੇਰਾ ਤੇ ਕਾਲਜਾ ਮੇਰਾ ਕੱਢ ਲਾਤੇ ਰੁਕ ਭਰ ਕੇ ਲੈ ਕੇ ਆਏ ਨੇ ਮਾਇਕ ਆਪਦੀਆਂ ਦੇ ਹਵਾਲੇ ਆ ਹਾਂਜੀ ਅਸੀਂ ਨਾਲ ਦੀ ਨਾਲ ਜਿਹੜੇ ਸਾਡੇ ਦਾਨੀ ਸੱਜਣ ਨੇ ਕੁਝ ਦਾਨੀ ਸੱਜਣਾਂ ਦਾ ਸਨਮਾਨ ਅਸੀਂ ਅੱਜ ਕਰ ਰਹੇ ਹਾਂ ਸ਼ਰਮਾ ਟਰੈਵਲਸ ਮੁਕਾ ਗੁਰੂ ਨਾਨਕ ਟਰੈਵਲਸ ਮੁਕਾ ਬਾਰੇ ਕਿਸਾਨ ਸਿੱਖ ਇੰਡਸਟਰੀ ਹਰਿੰਦਰ ਸਿੰਘ ਅਨੰਤ ਸ਼ਾਹ ਸਿੰਘ ਥੈਂਕ ਯੂ ਅਤੇ ਸਾਡੇ ਨੇੜੇ ਰਹਿਣ ਗੁਰਮੇਲ ਸਿੰਘ ਨਾਰੰਗ ਗੁਰਨਾਨ ਖਾਲਸ ਦੇ ਰਿਸ਼ਤੇਦਾਰ ਵਾਲੇ ਮਹਾਰਾਜ ਸਿੰਘ ਹੇਰ ਬਹੁਤ ਅੱਛਾ ਬਹੁਤ ਅੱਛਾ ਡਬਲ ਮਾਈਂਡਡ ਹੋਏ ਯਾਤਰੀ ਅਤੇ ਰੇਟਰ ਸਵਰਨਾ ਬੈਲੀ ਪੁਆਇੰਟ ਲੈ ਬਣੇ ਆਪਣੇ ਘਰ ਦੇ ਬੰਦਰ ਔਰ 100 ਰੁਪਇਆ ਦਿੰਦੇ ਨੇ ਬਿੱਟੂ ਜਗਰਾਮਾ ਵਾਲੇ ਸਾਡੇ ਕੋਲ ਖੜੇ ਨੇ ਅਤੇ ਸਵਰਨੇ ਨੂੰ 100 ਰੁਪਇਆ ਨਾਮ ਦਾ ਸਵਰਨ ਉਹਦੇ ਕੋਲ ਜਾ ਕੇ ਫੜਾਇਆ ਇੱਧਰ ਖਿਡਾਰੀ ਆ ਗਏ ਤੇਰੇ ਉਹਦੇ ਸ਼ਾਬਾਸ਼ ਦੇਖੀ ਜਾਂਦੀ ਆ ਭੀਮਾ ਕੀ ਕਰਦਾ ਬੁੱਕ ਜਿੰਮ ਰਿਹਾ ਅਤੇ ਦੇਖੀ ਜਾਂਦੀ ਆ ਤੋੜ ਜਾ ਕੇ ਨਹੀਂ ਤੋੜੇਗਾ ਲੱਗਦਾ ਬਿੱਟੂ ਜਗਰਾਮਾ ਵੱਲੋਂ ਬੁੱਕ ਨੂੰ ਬਾਂਸੀ ਵੀਰ ਬੋਦਲ ਵਾਲਾ ਪੂਰਾ ਰੇਟ ਤੇ ਹੈ ਹਰਜੀਤ ਤਲਵਾਰ ਕਲੱਬ ਮੋਗਾ ਦੀ ਤਰਫੋਂ ਤੇ ਦੇਖੀ ਜਾਂਦੀ ਹੈ ਕੀ ਬਣਦਾ ਮਾਜ ਦੇ ਨਾਲ ਸਦਕੇ ਜਾਣਾ ਨਹੀਂ ਰਿਸ਼ਤਾ ਹੋਈ ਜੀ ਜੇ ਕੋਈ ਹੋਰ ਹੁੰਦਾ ਤੇ ਦੂਜਾ ਤੱਕ ਕ੍ਰੈਡਿਟ ਲੈ ਗਿਆ ਔਰ ਮਲਕੀਤ ਅੰਗਰੇਜ਼ ਚੱਲਿਆ ਸੜਕੇ ਜਾਵਾਂ ਅੰਗਰੇਜ਼ ਨੇ ਦੇਖ ਲਿਆ ਕੀ ਕਰਦਾ ਕੌਣ ਪਾਉਂਦਾ ਇਹਨੂੰ ਹੱਥੇ ਸੜਕੇ ਜਾਵਾਂ ਤੋੜ ਕੇ ਵਗਾ ਕੇ ਮਾਰਿਆ ਮੂੰਗਲੀ ਮੈਨੂੰ ਤੇ ਇੰਦਗੜ ਵਾਲਾ ਨਹੀਂ ਇਹ ਮੇਰਾ ਖਿਆਲ ਹੈ ਕਾਕਾ ਸੀ ਗੱਲਾਂ ਕਰਾ ਦਿੰਦਾ ਸੀ ਇਹ ਮਾਂ ਦਾ ਪੁੱਤ ਜਦੋਂ ਹੱਥ ਪਾਉਂਦਾ ਹੁੰਦਾ ਸੀ ਆਪਣੀ ਉਮਰ ਦੇ ਵਿੱਚ ਅੱਜ ਇਹ 23 ਸਾਲ ਖੇਡਦੇ ਨੂੰ ਹੋ ਗਏ ਉਮਰ 50 ਦੇ ਲਾਗੇ ਜਾ ਕੇ ਮਿੱਤਰੋ ਆ ਦੇਖ ਲੋ ਤੁਹਾਡੇ ਸਾਹਮਣੇ ਆ ਕਿੱਡਾ ਸੋਹਣੇ ਸਰੀਰ ਦਾ ਮਾਲਕ ਹੈ ਔਰ ਸਰੀਰ ਨੂੰ ਸਾਂਭ ਕੇ ਰੱਖਣੀ ਏਡੀ ਵੱਡੀ ਤੇ ਉਮਰ ਤੱਕ ਬਹੁਤ ਔਖਾ ਹੁੰਦਾ ਮੈਂ ਮਾਇਕ ਫਿਰ ਮਿੱਤਰਾਂ ਦੇ ਹਵਾਲੇ ਕਰਦਾ ਹਰਿਆਲੀ ਕਿਸਾਨ ਬ੍ਰਿਕਸ ਇੰਡਸਟਰੀ ਜਸਵੰਤ ਸਿੰਘ ਗਿੱਲ ਪੁੱਤਰਿਆਂ ਵਾਲੇ ਉਹ ਅੰਪਾਇਰਿੰਗ ਕਰ ਰਹੇ ਆ ਅੰਪਾਇਰਿੰਗ ਕਰ ਰਹੇ ਗੁਰਨਾਨ ਖਾਲਸਾ ਰਿਸ਼ਤੇਦਾਰ ਵਾਲੇ ਹਰਿੰਦਰ ਸਿੰਘ ਬੈਠੇ ਆ ਮਹਾਰਾਜ ਸਿੰਘ ਹੋਰ ਜਨਰਲ ਵਾਲੇ ਇਹਨਾਂ ਨੂੰ ਰੱਖੇ ਆ ਫਰੇਮ ਸੇਲਸ ਕਾਰਪੋਰੇਸ਼ਨ ਸਲਾਹ ਰੱਖਣ ਵਾਲੇ ਤੇ ਇੰਦਰ ਸਿੰਘ ਤੇ ਹਰਿੰਦਰ ਸਿੰਘ ਜੀ ਮਾਸਟਰ ਹਰਿੰਦਰ ਸਿੰਘ ਕੋਕਰੀ ਵਾਲੇ ਤੇ ਸਾਡੇ ਪਿੰਡ ਹੈਗੇ ਨੇ ਉਹਨਾਂ ਨੇ ਸਾਨੂੰ ਦਾਨ ਦਿੱਤਾ ਸਰਦਾਰ ਸਿੰਘ ਮਿੱਤਰ ਪ੍ਰਸ਼ਾਦ ਰਹਾ ਜੀ ਇਹ ਅਜਮੇਰ ਦਲਾਲ ਨੇ 100 ਰੁਪਇਆ ਦਿੱਤਾ ਸੀ ਬਿੱਟੂ ਜਗਰਾਮਾ ਨੇ ਸਵਰਨਾ ਚੋਰ ਚੱਕਾ ਬਹੁਤ ਹੀ ਗਹਿਰੇ ਸਰੀਰ ਦਾ ਮਾਲਕ ਸੋਹਣ ਸਰਾਰ ਕਬੱਡੀ ਦੇਖੀ ਜਾਂਦੀ ਹੈ ਕੀ ਕਰਦੇ ਨੇ ਦੋ ਤਿੰਨ ਪੁਆਇੰਟ ਦਾ ਫਰਕ ਸੀ ਦੇਖੀ ਜਾਂਦੀ ਸਦਕੇ ਜਾਵਾਂ ਨਹੀਂ ਦੇਖਾ ਉਹਨਾਂ ਨੇ ਫਿਰ ਵੀ ਮਤ ਲਿਆ ਹੈ ਤੇ ਦਾਨ ਦਿੱਤਾ ਨਹੀਂ ਬਈ ਮੈਨੂੰ ਲੱਗਦਾ
Thank you.
ਸੰਦੀਪ ਕਾਲਜ ਮੁਕੰਦਪੁਰ ਦਾ ਵਿਦਿਆਰਥੀ ਰਿਹਾ।